ਜਿੱਤੇ ਆਜਮ ਉਦਮ ਸਿੰਘ ਅਮਰ ਰਹੇ ਜਿੱਤੇ ਆਜਮ ਉਦਮ ਸਿੰਘ ਅਮਰ ਰਹੇ ਹਾਂਜੀ ਕੈਪਟਨ ਸਾਹਿਬ ਕੀ ਸੰਦੇਸ਼ ਦੇਣਾ ਚਾਹੁੰਦੇ ਸ਼ਹੀਦ ਉਧਮ ਸਿੰਘ ਸ਼ਹੀਦੀ ਦਿਹਾੜੇ ਅੱਜ ਅਸੀਂ ਸਾਰੇ ਸੁਲਤਾਨਪੁਰ ਵਾਸੀ ਸ਼ਹੀਦ ਉਧਮ ਸਿੰਘ ਜੀ ਨੂੰ ਉਹਨਾਂ ਦੀ ਸ਼ਹੀਦੀ ਨੂੰ ਸਲਾਮ ਕਰਨ ਵਾਸਤੇ ਆਏ ਹਾਂ ਮੈਨੂੰ ਇਹਨਾਂ ਸ਼ਹੀਦਾਂ 'ਤੇ ਮਾਣ ਹੈ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਕ ਇਸ ਦੇਸ਼ ਦੇ ਵਿੱਚ ਖੁੱਲ੍ਹੀ ਹਵਾ ਦੇ ਨਾਲ ਸਾਹ ਲੈ ਸਕਦੇ ਹਾਂ ਨਾਲ ਹੀ ਮੈਂ ਉਹਨਾਂ ਸ਼ਹੀਦਾਂ ਨੂੰ ਵੀ ਸਲਾਮ ਕਰਦਾ ਹਾਂ ਜਿਹੜੇ ਸਾਡੇ ਫੌਜੀ ਜਵਾਨ ਬਾਰਡਰਾਂ 'ਤੇ ਬੈਠੇ 14,000 ਫੁੱਟ ਦੀ ਬਰਫ਼ ਦੇ ਵਿੱਚ ਇਸ ਦੇਸ਼ ਦੀ ਰੱਖਿਆ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਨੇ ਨਾਲ ਹੀ ਮੈਂ ਉਹਨਾਂ ਜ਼ਿਮੀਂਦਾਰ ਵੀਰਾਂ ਨੂੰ ਵੀ ਸਲਾਮ ਕਰਦਾ ਹਾਂ ਜਿਹੜੇ ਦਿੱਲੀ ਬਾਰਡਰ 'ਤੇ ਬੈਠੇ ਆਪਣੇ ਪੰਜਾਬ ਦੀ ਰਾਖੀ ਦੀ ਵਾਸਤੇ ਪੰਜਾਬ ਦੀ ਕਿਸਾਨੀ ਦੀ ਰਾਖੀ ਵਾਸਤੇ ਸ਼ਹੀਦੀਆਂ ਦੇ ਰਹੇ ਨੇ ਇਹ ਸਾਰੇ ਹੀ ਸ਼ਹੀਦ ਹਨ ਕਿਸਾਨ ਵੀ ਸ਼ਹੀਦ ਹਨ ਉੱਥੇ ਬੈਠੇ ਜਿਹੜੇ ਜ਼ਿਮੀਂਦਾਰ ਫੌਜੀ ਉਹ ਵੀ ਸ਼ਹੀਦ ਹਨ ਅਤੇ ਇਹ ਸਿੱਖਿਆ ਮਿਲੀ ਹੈ ਸਾਨੂੰ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਤੋਂ ਜਿਨ੍ਹਾਂ ਨੇ ਇਸ ਦੇਸ਼ ਦੀ ਖਾਤਰ ਸ਼ਹੀਦੀਆਂ ਕੀਤੀਆਂ ਜੈ ਹਿੰਦ ਜੈ ਪੰਜਾਬ ਅੱਜ ਇਸ ਪਵਿੱਤਰ ਜਿਹੜਾ ਦਿਹਾੜਾ ਮਨਾ ਰਹੇ ਹਾਂ ਸ਼ਹੀਦ ਊਧਮ ਸਿੰਘ ਜੀ ਦਾ ਇਹਦੇ 'ਤੇ ਅੱਜ ਇਸ ਦਿਨ 'ਤੇ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਜਿਹੜਾ ਸ਼ਰਧਾਂਜਲੀ ਭੇਟ ਕਰੀਦੀ ਔਰ ਸਾਰੇ ਮੈਂ ਸਮਝਦਾ ਵੀ ਸਾਰੀ ਜਿਹੜੀ ਮਨੁੱਖਤਾ ਆ ਜੇ ਆਪਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਰਹਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਸਾਡੇ ਅਗਲੀ ਪੀੜ੍ਹੀ ਆ ਉਹ ਉਹਨਾਂ ਦੇ ਮਨਾਂ ਦੇ ਵਿੱਚ ਵੀ ਜਜ਼ਬਾ ਜਿਹੜਾ ਕਾਇਮ ਰਹਿੰਦਾ ਔਰ ਇਹ ਬਹੁਤ ਵੱਡਾ ਜਿਹੜਾ ਮੈਂ ਕਹਿ ਸਕਦਾ ਵੀ ਕੁਰਬਾਨੀ ਜਿਹੜੀ ਐਡੀ ਵੱਡੀ ਆਪਣੇ ਲਈ ਕੀਤੀ ਆ ਅਤੇ ਉਹਨਾਂ ਨੂੰ ਹਮੇਸ਼ਾ ਆਪਾਂ ਇਹ ਨਹੀਂ ਵੀ ਅੱਜ ਦੇ ਦਿਨ 'ਤੇ ਆਪਾਂ ਯਾਦ ਕਰ ਲਿਆ ਸਦਾ ਹੀ ਆਪਣੇ ਦਿਲ ਦੇ ਵਿੱਚ ਉਹਨਾਂ ਨੂੰ ਜਿਹੜੀ ਯਾਦ ਰੱਖਣੀ ਚਾਹੀਦੀ ਨੌਜਵਾਨ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਇਹੀ ਸੰਦੇਸ਼ ਆ ਵੀ ਨੌਜਵਾਨ ਜਿਹੜੇ ਆ ਉਹ ਸਾਡੇ ਸ਼ਹੀਦਾਂ ਦਾ ਜਿੱਦਾਂ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਊਧਮ ਸਿੰਘ ਜੀ ਕਰਤਾਰ ਸਿੰਘ ਸਰਾਭਾ ਜੀ ਇਹਨਾਂ ਦੀਆਂ ਹਿਸਟਰੀਆਂ ਪੜ੍ਹ ਕੇ ਇਹਨਾਂ ਦਾ ਜਿਹੜਾ ਜਜ਼ਬਾ ਸੀਗਾ ਉਹਨੂੰ ਆਪਣੇ ਵਿੱਚ ਜਿਹੜਾ ਕਾਇਮ ਕਰਨਾ ਚਾਹੀਦਾ ਔਰ ਆਪਣੇ ਸੂਬੇ ਲਈ ਆਪਣੇ ਕੌਮ ਲਈ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਧੰਨਵਾਦ ਰੋਜ ਕੀ ਹਾਲ ਹਾਂਜੀ ਅੱਗੇ ਬੈਠ ਲੈ ਰਹੀ